ਹਲੋ ਦੋਸਤੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਡਿਸਟ੍ਰਿਕਟ ਈ ਕੋਰਟ ਮਾਨਸਾ ਵਿੱਚ ਆਈ ਜੋਬ ਵੈਕੈਂਸੀ ਦੀ ਦੋਸਤੋ ਇੱਕ ਮਹੀਨੇ ਪਹਿਲਾਂ ਜੋ ਕਲਰਕ ਅਤੇ ਸਟੈਨੋਗ੍ਰਾਫਰ ਦੀਆਂ ਜੋਬ ਵੈਕੈਂਸੀ ਅਨਾਉਂਸ ਕੀਤੀਆਂ ਗਈਆਂ ਸਨ ਉਹਨਾਂ ਦੀ ਜੋ ਇੰਟਰਵਿਊ ਦੀ ਡੇਟ ਸੀ ਉਹ ਪੋਸਟਪੋਨ ਕਰ ਦਿੱਤੀ ਸੀ ਅਸੀਂ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਇਹ ਡੇਟ ਕੀ ਰੱਖੀ ਗਈ ਹੈ ਤੇ ਸੇਮ ਪ੍ਰੋਸੈਸ ਜੋ ਮੈਂ ਪੀਸੀ ਤੇ ਕਰ ਰਿਹਾ ਉਹ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ ਉੱਪਰ ਕਰਕੇ ਵੀ ਇਸ ਦਾ ਜੋ notifications ਉਹ ਡਾਊਨਲੋਡ ਕਰ ਸਕਦੇ ਹੋ ओके ਦੋਸਤੋ ਪਰ ਇੱਕ ਰਿਕੁਐਸਟ ਹੈ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੋ ਤੇ ਜੋ ਮੈਂ ਹੁਣ Google browser ਵਿੱਚ ਆਪਣੇ ਸਰਚ ਕੀਤਾ ਹੈ ਡਿਸਟਿਕ ਇਕੋਟ ਮਾਨਸਾ ਤੁਸੀਂ ਵੀ ਅਮੀ ਸਰਚ ਕਰ ਲੈਣਾ ਇਸ ਤੋਂ ਬਾਅਦ ਆਪਾਂ ਰਿਕਰੂਟਮੈਂਟ ਦੇ ਸੈਕਸ਼ਨ ਉੱਪਰ ਕਲਿੱਕ ਕਰ ਲੈਣਗੇ ਤੁਸੀਂ ਚੈੱਕ ਕਰ ਸਕਦੇ ਹੋ ਉਹਰੇ ਮੈਂ ਹਾਈਲਾਈਟ ਕਰ ਦਿਨਾ ਓਕੇ ਦੋਸਤੋ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਆ ਜਾਂਦਾ ਹੈ ਜਿਸ ਤੋਂ ਬਾਅਦ ਆਪਾਂ ਜਗਵੰਦਰ ਗ੍ਰੀਨ ਬਾਕਸ ਵਿੱਚ ਦੇਖਣਾ ਰਿਕਰੂਟਮੈਂਟ ਤੇ ਆਪਾਂ ਕਲਿੱਕ ਕਰ ਲੈਣਗੇ रिक्रूटमेंट पे क्लिक करने के बाद इस तरह का पेज अपने सामने ओपन हो, हो जाता है ਤੇ ਇਸ ਤੋਂ ਬਾਅਦ ਜੋ ਪਬਲਿਕ ਨੋਟਿਸ ਆ ਇਸ ਤੇ ਆਪਾਂ ਕਲਿੱਕ ਕਰਨਾ ਵੰਗੇ ਤੇ ਮੈਂ ਆਲਰੇਡੀ ਕਲਿੱਕ ਕਰ ਸਕਿਆ ਸੀ ਦੇ ਹੀ ਇਸ ਦਾ ਪਬਲਿਕ ਪਬਲਿਕ ਨੋਟਿਸ ਹੈ ਤੇ ਇਸ ਵਿੱਚ ਲਿਖਿਆ ਹੈ ਜੋ 21 25 ਤੋਂ ਲੈ ਕੇ 26 27 ਤੋਂ ਲੈ ਕੇ ਜੋ ਟੈਸਟ ਹੋਣਾ ਸੀ ਜਾਂ ਸੀਪੀਡੀ ਹੋਣਾ ਸੀ ਉਸ ਦੇ ਜੋ ਡੇਟਾ ਹੋ ਡਿਲੇ ਕਰ ਦਿੱਤੀ ਗਈ ਹੈ ਪਰ ਹਲੇ ਕੋਈ ਅਨਾਉਂਸ ਨਹੀਂ ਕੀਤੀ ਗਈ ਹੈ ਜਿਵੇਂ ਹੀ ਦੋਸਤੋ ਇਸ ਦੀ ਕੋਈ ਡੇਟ ਅਨਾਉਂਸ ਹੁੰਦੀ ਹੈ ਮੈਂ ਉਸ ਰਿਲੇਟਡ ਵੀਡੀਓ ਜਰੂਰ ਪਾ ਲਾਂਗਾ ਤੇ ਸਾਡੇ ਚੈਨਲ ਨਾਲ ਬਨੇ ਰਹੋ ਤੇ ਵਿਜ਼ਿਟ ਕਰਦੇ ਓਕੇ ਦੋਸਤੋ ਥੈਂਕ ਯੂ